ਕਰ ਦਰਸ਼ਤ ਕਾ ਉਹਨਾਂ ਨੂੰ ਕੁਰਬਾਨ ਮੁਹੰਮਦ ਜਗਾ ਤਾ ਸਾਰੇ ਬੰਦੇ ਆਮੀਨ ਰੱਖਿਆ ਮੇਰਾ ਅੱਲਾਹ ਪਾਕ ਹੁਸੈਨ ਦੇ ਆਖਰੀ ਸਜਦੇ ਦਾ ਵਾਸਤਾ ਹੀ ਅਸਾਂ ਗਰੀਬਾਂ ਦੀ ਮਿੱਟੀ ਤੇ ਬਹਿ ਕੇ ਰੋਣ ਵਾਲੇ ਲੋਕਾਂ ਦੀ ਲੱਖਾਂ ਦੇ ਕਰੋੜਾਂ ਦੀ ਇੱਕ ਦੁਆ ਹੈ ਮੇਰਾ ਅੱਲਾ ਸਾਰੇ ਜ਼ਮਾਨੇ ਦੇ ਇਮਾਮ ਦਾ ਜ਼ਹੂਰ ਫਰਮਾ ਸਾਰੀਆਂ ਗੁਨਾਹਗਾਰ ਰੱਖੀ ਜ਼ਹਰਤ ਤੋਂ ਮੁਸਤਫਾ ਵਕਤ ਦਾ ਇਮਾਮ ਮੇਰੀ ਮੌਲਾ ਆਪਣੇ ਅੱਲਾਹੁਮਾ ਸੱਲ ਅਲਾ ਮੁਹੰਮਦ ਵ ਆਲ ਮੁਹੰਮਦ ਬਾ ਜਮਾਤ ਹੋ ਕੇ ਸਾਰੇ ਹਜ਼ਰਤ ਇੱਕ ਸਲਵਾਤ ਪੜ੍ਹਦੇ ਅੱਲਾਹੁਮਾ ਸੱਲ ਅਲਾ ਮੁਹੰਮਦ ਆਪਣੇ ਆਪਣੇ ਮਰੀਜ਼ਾਂ ਦੀ ਸਿਹਤ ਯਾਬੀ ਵਾਸਤੇ ਸਲਵਾਤ ਪੜ੍ਹੋ ਅੱਲਾਹੁਮਾ ਸੱਲ ਅਲਾ ਮੁਹੰਮਦ ਵ ਆਲ ਮੁਹੰਮਦ ਆਪਣੇ ਆਪਣੇ ਮਰਹੂਮੀਨ ਦੀ ਦਰਜਾਤ ਦੀ ਬੁਲੰਦੀ ਵਾਸਤੇ ਸਲਵਾਤ ਪੜ੍ਹੋ ਅੱਲਾਹੁਮਾ ਸੱਲ ਅਲਾ ਮੁਹੰਮਦ ਵ ਆਲ ਮੁਹੰਮਦ ਇਮਾਮ ਜ਼ਮਾਨਾ ਦੀ ਆਮਦ ਔਰ ਸਲਾਮਤੀ ਵਾਸਤੇ ਕਰਜ਼ਾ ਸਮਝ ਕੇ ਨਹੀਂ ਵਾਜਿਬ ਸਮਝ ਕੇ ਸਲ ਅਲਾ ਮੁਹੰਮਦ ਜ਼ਿੰਦਾ ਰਹਿਣੇ ਕੇ ਲੀਏ ਸ਼ਾਹ ਕੀ ਗਿਜ਼ਾ ਕਾਫੀ ਹੈ ਜ਼ਿੰਦਾ ਰਹਿਣੇ ਕੇ ਲੀਏ ਸ਼ਾਹ ਕੀ ਗਿਜ਼ਾ ਕਾਫੀ ਹੈ ਹਮੇ ਤੋ ਬਸ ਫਾਤਿਮਾ ਜ਼ਹਰਾ ਕੀ ਦੁਆ ਕਾਫੀ ਹੈ ਅੱਲਾ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਏ ਜ਼ਿੰਦਾ ਰਹਿਣੇ ਕੇ ਲੀਏ ਸ਼ਾਹ ਕੀ ਗਿਜ਼ਾ ਕਾਫੀ ਹੈ ਹਮੇ ਤੋ ਬਸ ਫਾਤਿਮਾ ਜ਼ਹਰਾ ਕੀ ਦੁਆ ਕਾਫੀ ਹੈ ਅਜ਼ੀਮ ਲੋਗੋ ਚਾਹੇ ਜਿਤਨੀ ਵੀ ਉਹ ਮੁਖਾਲਿਫ ਜ਼ਮਾਨੇ ਭਰ ਕੀ ਹਵਾ ਹਮੇ ਤੋ ਬਸ ਅੱਬਾਸ ਕੇ ਪਰਚਮ ਕੀ ਹਵਾ ਕਾਫੀ ਹੈ ਚਾਰ ਸਤਰਾਂ ਬਜ਼ੁਰਗ ਸੈਯਦ ਦਾਜਤ ਗੁਜ਼ਾਰ ਉਹਨੇ ਚਾਰ ਸਤਰਾਂ ਸਰੈਕੀ ਦੀਆਂ ਲਿਖੀਆਂ ਵਾਦਾ ਹੀ ਅਰਸ਼ ਤਲੇ ਜਿਹੜੀ ਰੌਣਕ ਹੈ ਦਾਨ ਹੁਸੈਨ ਦੀ ਮਾਦਾ ਇਹ ਅਰਸ਼ ਤਲੇ ਜਿਹੜੀ ਰੌਣਕ ਹੈ ਦਾਨ ਹੁਸੈਨ ਦੀ ਮਾਦਾ ਇਹ ਨਾ ਹੋਵੇ ਤੂੰ ਭੁੱਲ ਜਾਵੇਂ ਇਹ ਸ਼ਾਨ ਹੁਸੈਨ ਦੀ ਮਾਦਾ ਇਹ ਨਾ ਹੋਵੇ ਤੂੰ ਭੁੱਲ ਜਾਵੇਂ ਇਹ ਸ਼ਾਨ ਹੁਸੈਨ ਦੀ ਮਾਦਾ ਬਜ਼ੁਰਗ ਸੈਯਦ ਆਦਾ ਵਿੱਚ ਮਜਲਿਸ ਤੇ ਪੁੱਛ ਖਿਦਰ ਨਬੀ ਤੂੰ ਸ਼ਾਨ ਹੁਸੈਨ ਦੀ ਮਾਦਾ ਤਹੱਜਦ ਗੁਜ਼ਾਰ ਸੈਯਦ ਆਦਾ ਹਰ ਵਕਤ ਸਲਾਮ ਕਰੇਂਦਾ ਹੈ ਕੁਰਾਨ ਹੁਸੈਨ ਦੀ ਮਾਦਾ ਹਰ ਵਕਤ ਸਲਾਮ ਮਲੇ ਕੇ ਜਾਫਰ ਤਿਆਰ ਮਿੰਬਰ ਪਾਪ ਤੇ ਖੜੇ ਹੋਏ ਤੋ ਮੈਂ ਵਧੂ ਕੀਤਾ ਮੈਂ ਦਰਬਾਰ ਚਾ ਅੱਲਾ ਮੇਰੇ ਭਾਈ ਦੀ ਜ਼ਿੰਦਗੀ ਦਰਾਜ਼ ਫਰਮਾਵੇ ਮੌਲਾ ਮੁਲਕ ਤੋਂ ਵੱਡੇ ਬਖਤ ਲਾਇਨ ਔਰ ਮੌਲਾ ਨਸੀਬ ਪੂਰੇ ਖਾਨਦਾਨ ਨੂੰ ਇਹ ਨਿਮਤ ਨਸੀਬ ਹੋਵੇ ਖਾਨਦਾਨ ਵਾਸਤੇ ਨਿਮਤ ਹੁੰਦੀ ਹੈ ਜਿਸ ਖਾਨਦਾਨ ਵਿੱਚ ਹੁਸੈਨ ਦੇ ਜ਼ਾਕਰ ਹੋਵੇ ਔਰ ਅਜ਼ਮਤ ਹੁਸੈਨ ਦੇ ਜ਼ਾਕਰ ਦੀ ਹੈ ਮੇਰੀ ਗੱਡੀ 'ਚ ਕਿਤਾਬ ਪਈ ਹੈ ਮੈਂ ਮੌਜੂਦ ਖੇਤੇ ਜੁਮਲੇ ਵੀ ਖਾਸ ਮਾਸੂਮੀਨ ਅਲ ਇਸਲਾਮ ਦਾ ਫਰਮਾਨ ਹੈ ਸਾਡੇ ਮਦਾਰ ਨੂੰ ਵੇਖਣਾ ਸਵਾਬ ਹੈ ਗੱਲ ਸੁਣ ਬੱਚੇ ਜ਼ਾਕਰ ਨਹੀਂ ਹੈ ਅਸਾਂ ਬਜ਼ੁਰਗਾਂ ਦਾ ਕਰਨ ਦੇ ਸ਼ਗਿਰਦ ਹੈ ਜ਼ਰੂਰੀ ਨਹੀਂ ਮੈਂ ਇੱਕ ਬੰਦਾ ਇੱਕ ਵਾਰ ਮਜਲਸਾ ਨਹੀਂ ਪੜ੍ਹਦਾ ਤੂੰ ਛੋਟਾ ਜ਼ਾਕਰ ਹੈ ਬਾਕੀ ਗੱਲ ਛੋਟੇ ਬੜੇ ਦੀ ਬਾਤ ਤੇਰੇ ਮੇਰੇ ਦਰਮਿਆਨ ਚ ਆਲ ਮੁਹੰਮਦ ਦੇ ਦਰਬਾਰ ਚ ਹਰ ਕਹਿਣ ਦੀ ਇੱਕ ਇੱਜ਼ਤ ਹੈ ਜਿਹੜੀ ਮਾਵਾਂ ਧੀਆਂ ਦਿੰਦੇ ਮੈਂ ਇਸ ਵਾਸਤੇ ਇਤਨੇ ਜੁਮਲੇ ਆ ਕੇ ਮੈਂ ਕਸਮ ਜਾ ਕੇ ਦਾ ਉਹਦੇ ਨਾਲ ਖਲੋਤਾ ਅੱਜ ਵੀ ਹਾਂ ਦਵਾਰ ਵੀ ਹਾਂ ਕੱਛੀ ਦਾ ਮਰਕਜ਼ ਹੈ ਮੇਰਾ ਆਪਣਾ ਪ੍ਰੋਗਰਾਮ ਆਈ ਵੀ ਮੈਂ ਤਕਰੀਬਨ 10 ਮਿੰਟ ਮਜਲਿਸ ਪੜ੍ਹ ਸਕਾਂ ਕਿਉਂਕਿ ਰਾਸ਼ ਨਾ ਜ਼ਾਕਰ ਜ਼ਾਕਰਾਂ ਨੂੰ ਆਪ ਅਦਾਲਤ ਕਰਨੀ ਚਾਹੀਦੀ ਲੇਕਿਨ ਮੈਂ ਵੇਖਿਆ ਮਲਿਕ ਸਾਹਿਬ ਮਜਲਿਸ ਪੜ੍ਹੀਏ 55 ਮਿੰਟ ਮੈਂ ਹੁਣ ਆਖਾਂ ਜੇ ਮਲਿਕ ਏਡੀ ਵੱਡੀ ਮਜਲਿਸ ਪੜ੍ਹੀਏ ਉਤਨਾ ਮੈਂ ਪੜ੍ਹਾਂ ਮਜਲਿਸ ਕੱਲ ਸ਼ਾਮ ਤੋਂ ਚੱਲ ਕੇ ਪਰਸੋਂ ਸਵੇਰ ਤੱਕ ਜਾ ਸਕਦੇ ਹਰ ਜ਼ਾਕਰ ਦਾ ਆਪਣਾ ਹੱਕ ਹੁੰਦਾ ਭਾਈ ਆਲਮ ਤਾਂ ਕਹਿਣ ਨੂੰ ਨਹੀਂ ਆਖ ਇੰਝ ਕਰ ਤੇ ਇੰਝ ਕਰ ਜ਼ਾਕਰ ਬਾਨੀ ਹੁੰਦਾ ਇੰਝ ਨਾ ਮਿੰਬਰ ਤੇ ਉੱਠੀਂਦੇ ਆਇਆ ਤੇ ਅਸਾਂ ਸਾਰੇ ਬਾਨੀ ਆ ਸਾਰੇ ਜਿਤਨੇ ਆ ਬਾਨੀ ਬਣਦੇ ਆ ਬਾਨੀ ਵਕਤ ਨਾ ਬਚਾਵਣ ਤਾਂ ਮਜਮਾ ਬਚਾਉਂਦਾ ਨਹੀਂ ਆਪ
قرآن کی قسم جا ویکو ملک صاحب کیڑی ملی بھائی مشتاق کھیڈ الحمد للہ مولا دے عظیم متا ویکو جی سارے آئے ہیں ہر ٹائم جلسہ پڑھنی ہے میں صبح نماز پڑھ کے چلے ہوں بابا خالد شاہ میرے نال سیدان بھی بھائی گئی محسن ہیں میرے بھی دوست بھی ہیں محسن بھی ہیں بھی اور میں واپسی مجلس پڑھ لوں چار گھنٹے درس ہر کہیں کل مجلسہ ٹائم اپنے آپ کو بچانا چاہیے سارے داکران ہاتھ مرد ہے ٹائم بچا میں رات تو نہیں بیٹھتا بھائی نماز ایک سلوات پڑھ دے میں ایک لفظ خدا اللہ شکل کسی دیکھ لوں سلوات جی کی ہے مرکز کچھی دائے سلوات باجبنا تو ہے فاطمہ کے بغیر ہے فاطمہ کے بغیر ہے فاطمہ کے بغیر آواز دیوی میں اللہ تیرے پتر نال آواز رکھے آواز ہے فاطمہ کے بغیر میں کچھی دے مرکز ہی پڑھ دیتے ہیں ایتھے قصیدہ لکھیا گیا پڑھیا گیا سنیا گیا سمجھیا گیا سمجھ آئی جڑا آ کے جو مینوں کچھی چ بہ کے مجلس دی سمجھ نہیں آئی وہ نہ کچھی دا نہ شیا ہے جان اللہ میرے بھائی جی سن قصیدے کا پتا نہیں فاطمہ کے پتا اور فاطمہ شفاعت کرنے والے جہنم کی آگ سے چھڑانے والے بھائی ناراضگی بن سی اگر میں تیرے نہ دیکھ بھائی اور تپرے وطن دے ذکر تے بات بڑے قصیدے سن ہاں جی حضرت کدائی کرائی پاریاں دے ہتھاں کر دے او جو نال سننا بھائی قصیدے دا وجہ نے ہے فاطمہ کے بغیر ہے فاطمہ دین کچھ ہے نہ دنیا فاطمہ کے بغیر جہان کن میں اندھیرا ہے فاطمہ کے بغیر یہ قصیدے دا وزن ہے دیکھو جی دے قصیدے دے یعنی ٹرک ہے بیٹھے تو سادے میں غریب تے ایک دے پڑھنا جی وہ بھی تساں ہونا تیر ویکھو تماں تے جان ہے بسم اللہ اللہ دین کی دراز بسم اللہ فاطمہ کے بغیر شرعی وضاحت نہیں کتنی عظمت کتنی ملکیت ایک سلوات اچھی آواز نال پڑھو میں اس بی بی دی عظمت دا قصیدہ پڑھدا پیا جدی ملکیت چ سورج چڑھدا ہی ہے تے لہندا ہی ہے لمٹ کرو ہی نہیں ہاں بدن قصیدے دا فاطمہ کے بغیر کتنی ملکیت میری سہن دی کیتا کیتا حکمرانی فاطمہ کے بغیر شیر سنو بھی بدا تو بغیر بتا رہی ہے زمانے کو آیت
اللہ راضی ہوے بتا رہی ہے زمانے کو آیت کوثر. جی چس والا قصیدہ سنے تو اور کوئی پڑھ دسا ہے, یہ عبادت والا قصیدہ ہے. جن میں پڑھتا پہ بتا رہی ہے زمانے کو آیت کوثر کچھی دے مرکز وچ پڑھتا پہ, پتہ نہیں فاطمہ کے بغیر تو پوری توجہ نال شعر مکمل سننا ہے. بتا رہی رہی ہے زمانے کو آیت کوثر کلام پاک ادھورا ہے فاطمہ کے بغیر. جملہ سنو بھائی, میں بار بار آدھا پیا, میں کچھی دے مرکز وچ قرآن دی قسم جا گیا تھا, اولاد آدم دے ہر فرد نو, امت محمد دے ہر فرد نو, ملت ابراہیم دے نال تعلق رکھن والے ہر بندے نو اللہ پیشانی سجدے واسطے دیتی ہے, زبان حسین دے ذکر واسطے دیتی. بد دعا نہیں, ایک اعلان کیا کرنا, اللہ پیشانی نہ دے جڑی سجدہ نہ کرے, اللہ زبان نہ دے جڑی حسین دے ذکر چ بولے نہ. روح زمین میں کہ بھی آخیا اولاد آدم امت محمد ملت ابراہیم, میں مذہبہ کی بات نہیں کی تھی, حسین مذہبہ دا امام نہیں, حسین زمین دا امام ہے. گل سمجھ آ دی قصیدے دے ودے نے فاطمہ کے بغیر. جیڑا بندہ اتنا جاندا ہے جو سجدہ اللہ دا, وہ جس مذہب نال تعلق رکھدا ہے, میں اودے نال ایک گل کرنا چاہتا, مذہب جیڑا ہی رکھدا ہے اتنا جاننا جو سجدہ اللہ دا کچھ ایک پڑھتا پیا, توجہ نال سنے بھائی. ہر ایک نماز سنے بھائی ہر ایک نماز میں تسمیے فاطمہ پڑھی, اور کرنی ہے بھائی شیر مکمل کرا. ہر ایک نماز نماز میں تسبیح فاطمہ پڑھیے, نماز ورنہ خسارہ ہے فاطمہ کے بغیر. ٹھیک ہے بھائی, نماز ورنہ خسارہ ہے فاطمہ کے بغیر. یہ جدہ زورا ستارہ ٹرین بحکم توحید سیحن نبوت میری سین مسلح عبادت تے بیٹھی, زورا ستارہ ٹریا بی بی مسلح تے بہ کے پڑھیا اللہ اکبر, زور ستارے چوکاٹ امامت تے بوسا دیتا بی بی پڑھیا الحمدللہ, زور ستارہ بوسا دے کے واپس والے میری سین پڑھیا سبحان اللہ, خالقنا دی آواز آئی میری کنیز تے میرے عرش کا سدی آمد تے میری تسبیح پڑھیے. میں اللہ وعدہ پیا کردا اج تو بعد جڑا نمازی مینو سجدہ کر کے تیری تسبیح نہ پڑھ سی میں سجدہ قبول ہی نہ کر سی. ہر ایک نماز میں تسمیے فاطمہ پڑھیے, نماز ورنہ خسارہ ہے فاطمہ کے بغیر. ٹھیک ہے بھائی, توجہ نال سن لے, میرے بعد میرے بہت بڑے موسم لاکر موجود ہیں. قصیدہ میں اس بیوی دا پڑھتا پیا جس بیوی دے متعلق میرے یارویں آقا دا خطبہ بھائی نہیں تھا پاس حیدر میں بھی, میرے یارویں امام دا خطبہ, یارویں امام میرے شاہد فرمیندے ہیں مومنوں اولاداروں جو کچھ اللہ تعالیٰ نے دیتا ساری وجہ تو دیتا,
ਮੇਰਾ ਯਾਰਵਾਂ ਇਮਾਮ ਫਰਮਾਉਂਦੇ ਜੋ ਕੁਛ ਸਾਨੂੰ ਮਿਲਿਆ ਡਾਡੀ ਬਤੂਲ ਦੀ ਵਜ੍ਹਾ ਤੋਂ ਹਰ ਇੱਕ ਨਮਾਜ਼ ਮੈਂ ਤਸਮੀ ਫਾਤਿਮਾ ਪੜ੍ਹੀਏ ਨਮਾਜ਼ ਵਰਨਾ ਖਿਸਾਰਾ ਹੈ ਫਾਤਿਮਾ ਕੇ ਬਗੈਰ ਜ਼ਬਾਨ ਮੇਰੀ ਛੋਟੀ ਜਿਹੀ ਹੈ ਕਸੀਦੇ ਦਾ ਆਖਰੀ ਲਫ਼ਜ਼ ਮੈਂ ਫਰਸ਼ ਤੋਂ ਅਰਸ਼ ਤੋਂ ਵੱਡਾ ਪੜ੍ਹਨਾ ਚਾਹੁੰਦਾ ਪੜ੍ਹਦਾ ਕੱਛ ਕਮਾਲੀ ਤੁਰ ਕੇ ਆਇਆ ਮੈਂ ਇਸ ਵਾਸਤੇ ਨਹੀਂ ਵੀ ਕਸੀਦਾ ਪੜ੍ਹਦਾ ਪਿਆ ਜੀ ਉੱਥੋਂ ਮੈਂ ਸੋਚ ਕੇ ਆਇਆ ਕਸੀਦੇ ਪੜ੍ਹੇ ਜਾਂਦੇ ਨੇ ਮਜਮਿਆਂ ਦੇ ਲਿਹਾਜ਼ ਹਰ ਕਸੀਦਾ ਹਰ ਮਜਮੇ 'ਚ ਨਹੀਂ ਪੜ੍ਹਿਆ ਆਖਰੀ ਸ਼ੇਰ ਭਾਈ ਬਸਨ ਹੈ ਕਸੀਦੇ ਦਾ ਫਾਤਿਮਾ ਕੇ ਬਗੈਰ ਤਵਜੋ ਨਾਲ ਸੁਣੇ ਕਸਮ ਅਲੀ ਕੀ ਮਹਬੂਦ ਬੰਦ ਕਰ ਦੇ ਸੇ ਅੱਲਾ ਮੇਰਾ ਤੈਨੂੰ ਅਲੀ ਦਾ ਵਾਸਤਾ ਇਹਨੂੰ ਬੰਦ ਕਰ ਦੇ ਗੌਰ ਕਰਿਆ ਅੱਲਾ ਮੇਰਾ ਤੈਨੂੰ ਅਲੀ ਦਾ ਵਾਸਤਾ ਇਹਨੂੰ ਬੰਦ ਕਰ ਦੇ ਕਹਿਨੂੰ ਜਿਹੜਾ ਬੋਲਦਾ ਪਿਆ ਇਹ ਜਿੱਥੇ ਜਿੱਥੇ ਵੀ ਬੋਲਦਾ ਪਿਆ ਮੇਰਾ ਅੱਲਾ ਇਹਨੂੰ ਬੰਦ ਕਰ ਦੇ ਕਿਉਂ ਤਵਜੋ ਨਾਲ ਸੁਣਿਆ ਬਾਈ ਕਸਮ ਅਲੀ ਬਸ ਮੈਂ ਕੀ ਸਾਂਸੋਂ ਕੇ ਵੋ ਸਾਥ ਬਜਾਤੀ ਫਿਰਤੀ ਹੈ ਲਗਪਾਲ ਅਲੀ ਕੇ ਜ਼ਹਿਰੋਂ ਕੇ ਕਦਮੋਂ ਮੇ ਆਤੀ ਫਿਰਤੀ ਹੈ ਜ਼ਬਾਨ ਮੈਂ ਆਪਣੀ ਆਂਖੋਂ ਸੇ ਯੇ ਮੰਦਰ ਦੇਖ ਕੇ ਆਇਆ ਹੂੰ ਯੇ ਜੰਨਤ ਨਜਫ ਕੀ ਗਲੀਓਂ ਮੇ ਬਸ ਠੋਕਰੇ ਖਾਤੀ ਫਿਰਤੀ ਹੈ ਅਸੀਂ ਤਾਂ ਲਿਖਿਆ ਨਹੀਂ ਮੰਗੇ ਹੋਇਆ ਸੁਣਿਆ ਲਿਖਿਆ ਹੋਇਆ ਨਹੀਂ ਮੰਗੇ ਲਿਖੇ ਗੱਡੀ ਚ ਜਾਣੀ ਮੰਗੇ ਹੋਏ ਮੈਂ ਤੋਂ ਮੁਸੱਲੇ ਤੇ ਮੰਗੀ ਅੱਜ ਦਾ ਕਸੀਦਾ ਨਹੀਂ ਤਹਜਦ ਗੁਜ਼ਾਰ ਮੁਸੱਲੇ ਵਾਲੇ ਦਾ ਕਰਨ ਦਾ ਮੰਗੇ ਹੋਏ ਕਸੀਦਾ ਉਹਦੀ ਇੱਕ ਸ਼ੇਰ ਸੱਤਰ ਸੁਣਾਉਣਾ ਜਿਵੇਂ ਨਮਾਜ਼ੀ ਸਭ ਫੜਾ ਕੇ ਨਮਾਜ਼ ਪੜ੍ਹਦੇ ਨੇ ਸਲਵਾਤ ਨੂੰ ਜੇ ਪੜ੍ਹੋ ਕੱਛੀ ਦਾ ਜ਼ੇਵਰ ਹੈ ਜਿਹੜਾ ਮੈਂ ਪੜ੍ਹਦਾ ਪਿਆ ਉਹਨਾਂ ਦੀ ਅਤਾ ਹੈ ਉਹਨਾਂ ਦੀ ਉਹ ਮੰਗੀ ਹੋਈ ਅਮਾਨਤ ਹੈ ਅਸਾਂ ਤਾਂ ਨਕਲ ਕਰਨ ਵਾਲੇ ਲੋਕ ਹੈ ਅੱਲਾ ਉਹਨਾਂ ਨੂੰ ਕਰ ਕੋਈ ਲੰਘੇ
بزرگ مسلے تے دربار بتول پڑھتے جا دے ایک امانت دے کے گائن آن والی نسل انہاں بزرگاں دی امانت تہاڈے حوالے کردا بزرگ آدھے ٹر گئے حساب دے آ کے ملک جگہ سیا حساب دے آ کے ملک جگہ سیا اوہ نشان جافدا اوہ نشان جافدا آ کے مدد کرے سیا مقدر حاضری قبول فرما اے بندے علی تیرا مقدر سوال چادر جواب پتھر بات بالا دے سونے شاید میرے پاس موجود ہے دیکھا نا مدینہ باہر سے علی کی بیٹی نے یہ میں دیکھا نا مدینہ باہر سے علی کی بیٹی نے دربار شام میں اندر کھڑی رہی علی ادھر تو سچ کے ونا دربار شام میں اندر بھائی نہیں تو بس ادھر ہوئے پتر اے اپنے 18,000 کے نال ایک واسو استانا اتھ دا سرکار دا ذات رہی ملک ادریس حسین چیلا کافی لوگ اس کچھ دے لوگ انہوں نے سنے ہوئے وہ سریکی لکھدا سریکی اور نمازی ذات رہی حجت گزار لا کے رہی اصل بچپنا ہی لیا کر سمند بنیا تو میں ایسا استاد اندر لیا میں مولوی غلام علی لنگا دا ذاکر رشتے نال پوترا شجر دا کے رہا سمجھے اس رائی کی لکھتا ملک ادریس حسین چیلا بھائی نئی دباس چار سطر لکھی ان سرائی کی دیا وعدہ سوچ کتاب پائے الجھم گئی رب جانے سید کون آن چیلے صاحب دیئے سطر سوچ کتاب میں الجھم گئی رب جانے سید کون ہن جے عرش برین دے وسدے ہن تا ہیٹ خنجر دے کون ہن اللہ راضی سوچ کیتا میں الجھم گئی رب جانے سید کون ہن جے عرش برین دے وسدے ہن تا ہیٹ خنجر دے کون ہن انہوں نے لکھی ہے جے سوارن مہر رسالت دے ود نوک سنان تے کونن نہ کہ جے پردہ دار تطہیر دے ان ود شام زندان چ کونن اللہ راضی کبھی مجلس نہیں صدا ٹائم ہی میں اجے بھی دو چار منٹ زیادہ پڑے میں چھوڑ دے لیکن ایک لفظ غریبی دا آکھنا میری دعائی اللہ مرن تو پہلے مدینہ میں کھائی اکھی نال ویکھ جن دے پیو واسطے اللہ کائنات بنائی ہے یودی دھی غریب کتنی ہے نماز پڑھی سوکھی مہمان اکبر دی پالانا لی ماں دا بہن میرا پرس لے کے چیلم دا آیا اکھی نال ویکھ آیا ہر نماز چ دعا کردا ہر دربار علی نوکری چ دعا کردا میرا اللہ ہر مومن نو مرن تو پہلے وہ بازار ویکھائی جتھے بے موسمیاں ضعیف ہیں علی دی اتیاں کچھ یا لے ہوں میں صحیح دے نمازی لوگوں ملک دے لاکر کٹھن میرے بھائی کو عرض آکر عالم بھائی نئی دبا سے جملہ آکھیا اتنے کہے نبی دے پتر نہیں رولے جتنی علی دی اتیاں رولے یہ جنہ ہر کہے نسل در نسل لفظ بڑیندر ہے مومن سن دے رہے لیکن میں حق بن کے کچھ دے مرکز ہے میرے پیغام پورے ملک تک پہنچا سکتا میں حق بن کے محنت کرے نا
ਅਲੀ ਦੀਆਂ ਧੀਆਂ ਦੇ ਦੁੱਖਾਂ ਦਾ ਮੁਆਜ਼ਨਾ ਨਬੀਆਂ ਦੇ ਪੁੱਤਰਾਂ ਨਾਲ ਨਹੀਂ ਕਰਨਾ ਚਾਹੀਦਾ। ਨਬੀ ਦੇ ਪੁੱਤਰ ਨਹੀਂ ਰੁੱਲੇ ਜਿਤਨੀ ਅਲੀ ਦੀਆਂ ਧੀਆਂ ਰੁੱਲੀਆਂ। ਮੈਨੂੰ ਉਸ ਕਾਬੇ ਦੀ ਕਸਮ ਹੈ ਜਿਹਨਾਂ ਤਵਾਫ ਕਰਕੇ ਮੈਂ ਹਾਜੀ ਬਣਿਆ। ਬਾਬੂ ਤੂੰ ਖੜੋਤਾ ਬਾਈ ਨਹੀਂ ਦਬਾਸ ਜਗ ਸਾਹਿਬ, ਅੱਲਾ ਕਰੇ ਮੈਨੂੰ ਮੌਤ ਆਵੇ ਮੈਂ ਗਲਤ ਆਖਾਂ। ਕੁਰਾਨ ਦੀ ਕਸਮ ਜਾ ਕੇ ਅਦਾ ਇਸ ਤੋਂ ਲਿਆਦੀਆਂ ਰੁਲੀਆਂ ਅਲੀ ਦੀਆਂ ਧੀਆਂ ਇਤਨੀਆਂ ਰੁਲੀਆਂ ਧੀਆਂ ਨੂੰ ਪੇਕੇ ਨਹੀਂ ਲੱਥੇ, ਪੇਕਿਆਂ ਨੂੰ ਧੀਆਂ ਨਹੀਂ ਲੱਥੇ। ਇਤਨੀਆਂ ਰੁਲੀਆਂ ਅਲੀ ਦੀਆਂ ਧੀਆਂ ਧੀਆਂ ਪੇਕੇ ਗੁਲਾਂ ਦੇ ਮੁੱਕ ਗਈਆਂ, ਪੇਕੇ ਧੀਆਂ ਨੂੰ ਗੁਲਾਂ ਦੇ ਮੁੱਕ ਗਏ। ਬਸ ਲੰਬੀ ਮਜਲਿਸ ਨਹੀਂ, ਇੱਕ ਡੇਢ ਜਮ ਬਸ ਇਤਨੀਆਂ ਰੁਲੀਆਂ। ਆਓ ਮੈਂ ਜਿੱਥੇ ਇੱਕ ਲਾਲਾ ਨਹੀਂ ਖੜ ਸਕਦਾ, ਜਿੱਥੇ ਇੱਕ ਲਾਲਾ ਨਹੀਂ ਖੜ ਸਕਦਾ ਤੇ ਕੋਈ ਗੈਰਤ ਮੰਦ ਇਨਸਾਨੀ ਤੇ ਖੜੇ ਕੇ ਸਾਈਂ ਮੜੀ ਸੁਣੀ ਬੰਦਰਾਵਾਂ ਨਾਲ ਜਿੱਥੇ ਲਾਲਾ ਨਹੀਂ ਖੜ ਸੰਗ ਤੇ ਕੋਈ ਸ਼ਾਮ ਵਿਖਾਵੀ ਸ਼ਾਲਾ ਮਾਂ ਨਾਲੋ ਵੀ ਸ਼ਾਲਾ ਧੀਆਂ ਨਾਲੋ ਨੀ। ਜਿੱਥੇ ਇੱਕ ਲਾਲਾ ਨਹੀਂ ਖੜ ਸੰਗ ਤੇ ਕੋਈ ਗੈਰਤ ਮੰਦ ਇਨਸਾਨੀ ਤੇ ਖੜ ਕੇ ਸਾਈਂ ਮਣੀ ਸੁਣੀ ਬੰਦਰਾਵਾਂ ਜੀ ਭਾਈ ਪਰਵਿੰਦ ਲਾਹੌਰ ਹੋ ਗਈ ਸੱਖਰ ਦਾ ਵਾਰਿਸ ਆ ਗਈ। ਹੱਥ ਨਾ ਬੰਨ, ਹੱਥ ਨਾ ਬੰਨ, ਹੱਥ ਨਾ ਬੰਨ। ਜਿੱਥੇ ਇੱਕ ਲਾਲਾ ਨਹੀਂ ਖੜ ਸੰਗ ਤੇ ਕੋਈ ਗੈਰਤ ਮੰਦ ਇਨਸਾਨੀ ਤੇ ਖੜ ਸੁਣੀ ਬੰਦਰਾਵਾਲਾ ਸ਼ਾਮ ਵੇਖੇ ਸ਼ਾਲਾ ਧੀਆਂ ਨਾਲੋ ਨੀ ਸ਼ਾਲਾ ਭੈਣਾਂ ਨਾਲੋ ਨੀ। ਜਿੱਥੇ ਇੱਕ ਲਾਲਾ ਨਹੀਂ ਖੜ ਸੰਗ ਤੇ ਕੋਈ ਸੁਣੀ ਬੰਦਰਾਵਾ ਮੈਂ ਕੱਛੀ ਚ ਪੜਦਾ ਪਿਆ ਕੱਛੀ ਚ ਪਰਵਿੰਦ ਲਾਹੌਰ ਵੀ ਸੱਖਰ ਦਵਾਰੇ ਸਾਵੀ ਜੀ ਬਾਈ ਹਕਰਾਬਾਨ। ਇੱਥੇ ਇੱਕ ਲਾਲਾ ਨਹੀਂ ਖੜ ਸੰਗ ਤੇ ਕੋਈ ਗੈਰਤ ਮੰਦ ਇਨਸਾਨੀ ਤੇ ਖੜ ਕੇ ਸਾਈਂ ਮਣੀ ਸੁਣੀ ਬੰਦਰਾਵਾਂ। ਮੈਂ ਸਾਹਿਬ ਦੇ ਨਮਾਜ਼ੀ ਲੋਗੋ ਇਹ ਬਾਜ਼ਾਰ ਦੀ ਕਿਹੜੀ ਜਗੀ ਆਈ, ਇਹ ਮੁਸ਼ਕਲ ਕਿਤਨੀ ਆਈ, ਇਹ ਔਖੀ ਕਿਤਨੀ। ਜਿੱਥੇ ਇੱਕ ਲਾਲਾ ਨਹੀਂ ਖੜ ਸੰਗ ਤੇ ਕੋਈ ਗੈਰਤ ਮੰਦ ਇਨਸਾਨੀ ਤੇ ਖੜ ਕੇ ਸਾਈਂ ਮਰੀ
ਵਾਹਿਗੁਰੂ ਛੋਟਾ
ਕਦੀ ਬਾਜ਼ਾਰ ਦੇ ਵਿੱਚ ਤੇ ਆਖੇ ਪਿਓ ਖੂਆ ਕਦਮ ਟਿਕਾਇਆ ਤੂੰ ਪੁੱਤਰ ਦੀ ਗੱਲ ਸੁਣ ਕੇ ਤੇ ਆਖੇ ਬਾਕਰਿਆ ਆਪ ਡਸਾਇਆ ਨਦੀ ਮੈਂ ਸਜਦਾ ਦਵਾ ਕਰ ਮਰੀ ਮੈਂ